ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਟਾਈਲਿਸ਼ ਅਰਦਾਸ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਹੈਗੇ ਇਹ ਸਾਰੇ ਹੈਂਡਵਰਕ ਦੇ ਵਿੱਚ ਹੋਣਗੇ। ਤੁਸੀਂ ਇਹ ਔਡਰ 'ਤੇ ਜਿਹੜੇ ਸੂਟ ਹੈ ਰੈਡੀ ਕਰਵਾ ਸਕਦੇ ਹੋਗੇ, ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ। ਆਹ ਸੂਟ ਹੈ, ਇਹ ਸ਼ਿਮਰ ਦੇ ਵਿੱਚ ਆਊਗਾ, ਇਸ ਤਰ੍ਹਾਂ ਦੇ ਨਾਲ ਪਿਓਰ ਸ਼ਿਮਰ ਦੇ ਵਿੱਚ ਇਹ ਸੂਟ ਹੈ, ਫੁੱਲੀ ਹੈਂਡਵਰਕ ਸੂਟ ਆਏਗਾ। ਇਹ ਪਰਲ ਵਰਕ ਆ ਜਾਏਗਾ, ਦਬਕਾ ਵਰਕ ਆ ਜਾਏਗਾ, ਇਸ ਤਰ੍ਹਾਂ ਪੂਰੀ ਸ਼ਰਟ ਹੈ ਜਿਹੜੀ ਉਹ ਕਵਰ ਹੋਏਗੀ ਬੂਟੀ ਦੇ ਨਾਲ, ਤੁਸੀਂ ਦੇਖ ਸਕਦੇ ਹੋਗੇ। ਇਹ ਹੈ ਜਿਹੜਾ ਇਹਦੇ ਸਲੀਵਸ ਦੇ ਉੱਪਰ ਕੰਮ ਆ ਜਾਊਗਾ, ਫੁੱਲ ਹੈਵੀ ਦੇ ਵਿੱਚ ਹੈ ਜਿਹੜਾ ਇਹ ਸੂਟ ਹੈ ਰੈਡੀ ਹੋਇਆ। ਜਦੋਂ ਦੁਪੱਟਾ ਹੈਗਾ ਸ਼ਿਮਰ ਦੇ ਨਾਲ, ਜਦੋਂ ਵੀ ਆਪਾਂ ਦੁਪੱਟਾ ਟਾਈ ਕਰਵਾਉਂਦੇ ਹਾਂ ਥੋੜ੍ਹਾ ਬਹੁਤਾ ਫਰਕ ਜਿਹੜਾ ਰਹਿ ਜਾਂਦਾ। ਇਹਦੇ ਉੱਪਰ ਆਪਾਂ ਨੇ ਗੋਲਡ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ, ਇਸ ਤਰ੍ਹਾਂ ਚੁਣਾਉਣ ਦਾ ਇਹਦੇ ਨਾਲ ਦੁਪੱਟਾ ਆਏਗਾ। ਇਹ ਜਿਹੜਾ ਆਪਾਂ ਨੇ ਵਰਕ ਕੀਤਾ ਹੋਇਆ ਇਹ ਠੀਕ ਪ੍ਰਾਈਸ ਦੇ ਵਿੱਚ ਤੁਹਾਨੂੰ ਪਾਰਟੀ ਵੀਅਰ ਸੂਟ ਹੈ ਜਿਹੜਾ ਬਣ ਜਾਏਗਾ। ਇਹ ਹੈਗਾ ਜਿਵੇਂ ਆਪਣੇ ਮੰਮੀਆਂ ਲਈ, ਜਿਹੜੇ ਹੈਵੀ ਵਰਕ ਹੈ ਪਸੰਦ ਨਹੀਂ ਕਰਦੇ ਉਹਨਾਂ ਲਈ ਇਹ ਸੂਟ ਬੈਸਟ ਹੈ। ਤੁਸੀਂ ਕਿਸੇ ਵੀ ਕਲਰ ਕੋਂਬੀਨੇਸ਼ਨ ਦੇ ਉੱਪਰ ਜਿਹੜਾ ਸੂਟ ਬਣਵਾ ਸਕਦੇ ਹੋਗੇ। ਇਹ ਸਟੱਫ ਸੀਗਾ ਜਿਹੜਾ ਇਹ ਸ਼ਿਮਰ ਦੇ ਵਿੱਚ ਸੀਗਾ। ਜਿਹੜਾ ਆਪਣੇ ਕੋਲ ਨੈਕ ਸੂਟ ਆਏਗਾ ਇਹ ਔਰੇਂਜ ਦੇ ਵਿੱਚ ਆਏਗਾ, ਇਸ ਤਰ੍ਹਾਂ ਇਹ ਸ਼ਰਟ ਦੇ ਉੱਪਰ ਵਰਕ ਆ ਜੂਗਾ, ਇਸ ਤਰ੍ਹਾਂ ਬੂਟੀ ਆ ਜੂਗੀ ਸਿਰਫ ਸ਼ਰਟ ਦੇ ਵਿੱਚ। ਪਲੀਜ਼ ਇਹਦੀ ਹਜੇ ਫਿਨਿਸ਼ਿੰਗ ਵਗੈਰਾ ਰਹਿੰਦੀ ਹੈ, ਤੁਸੀਂ ਇਗਨੋਰ ਕਰਿਓ। ਸੂਟ ਜਾ ਰਹੇ ਸੀ ਤਾਂ ਮੈਂ ਵੀਡੀਓ ਬਣਾ ਰਹੀ ਹਾਂ। ਇਹ ਹੈ ਜੋ ਸਲੀਵਸ ਦੇ ਉੱਪਰ ਆ ਜੂਗਾ, ਹੈਵੀ ਸਲੀਵਸ ਆਉਣੀਆਂ ਇਹਦੀਆਂ, ਪਰਲ ਵਰਕ ਕੀਤਾ ਹੋਇਆ। ਸ਼ਰਟ ਦੇ ਵਿੱਚ ਇਹ ਹੈ ਜੋ ਬੂਟੀ ਆਏਗੀ, ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਇਸ ਤਰ੍ਹਾਂ। ਇਹ ਜਿਹੜਾ ਸ਼ੇਡ ਹੈ ਬਹੁਤ ਸੋਹਣਾ ਸ਼ੇਡ, ਔਰੇਂਜ ਮੈਂਗੋ ਜਿਹਾ ਸ਼ੇਡ ਹੈ ਇਹ। ਇਸ ਤਰ੍ਹਾਂ ਦੁਪੱਟੇ 'ਤੇ ਆਪਾਂ ਲੇਸ ਲਗਾ ਕੇ ਪੱਲਿਆਂ ਦੇ ਉੱਪਰ ਹੈ ਜੋ ਤਿੰਨ ਤਿੰਨ ਲਾਈਨਸ ਗੋਟੇ ਦੀਆਂ ਦਿੱਤੀਆਂ ਹੋਈਆਂ, ਫੁੱਲੀ ਹੈਵੀ ਹੈ ਜਿਹੜਾ ਇਹਦਾ ਦੁਪੱਟਾ ਰੈਡੀ ਕੀਤਾ ਆਪਾਂ ਨੇ। ਸੈਲਫ ਦੇ ਵਿੱਚ ਆਪਾਂ ਨੇ ਸੈਲਫ ਔਰਗੈਂਜ਼ਾ ਦੇ ਵਿੱਚ ਹੈ ਜਿਹੜਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਸੀਗਾ। ਇਹ ਹੈ ਜੋ ਕਰੀਪ ਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤਾ, ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਜਿਹੜਾ ਸੂਟ ਹੈ ਉਹ ਰੈਡੀ ਕਰਵਾ ਸਕਦੇ ਹੋਗੇ। ਇਹ ਹੈ ਜੋ ਇਸ ਤਰ੍ਹਾਂ ਬੋਟਮ ਦੇ ਉੱਪਰ ਆ ਜਾਏਗਾ, ਇਹ ਵਰਕ ਬੋਟਮ ਦੇ ਉੱਪਰ ਆ ਜਾਏਗਾ ਇਸ ਤਰ੍ਹਾਂ ਦੇ ਨਾਲ। ਇਹ ਚੀਜ਼ ਹੈ ਜੋ ਇਹ ਬੋਟਮ ਦੇ ਉੱਪਰ ਆ ਗਿਆ, ਇਹ ਦੁਪੱਟਾ ਸੀਗਾ। ਇਹ ਹੈ ਜੋ ਸ਼ਰਟ ਆਏਗੀ, ਜੋ ਆਪਣੇ ਕੋਲ ਨੈਕ ਸੂਟ ਹੈ ਇਹ ਸਾਰੇ ਸੂਟ ਹੈ ਜੋ ਹੈਂਡਵਰਕ ਦੇ ਵਿੱਚ ਸੀਗੇ। ਜੋ ਆਪਣੇ ਕੋਲ ਨੈਕ ਸੂਟ ਹੈ ਇਹ ਆਪਣੇ ਕੋਲ ਆਨੰਦ ਕਾਰਜ ਲਈ ਸੂਟ ਰੈਡੀ ਹੋਇਆ। ਇਹ ਹੈ ਜੋ ਆਪਣੇ ਕੋਲ ਸ਼ਰਟ ਦੇ ਉੱਪਰ ਵਰਕ ਆ ਜੂਗਾ, ਇਹ ਸ਼ਰਟ ਦਾ ਘੇਰਾ ਆ ਜਾਏਗਾ। ਇਹ ਹੈ ਜੋ ਆਪਣੇ ਕੋਲ ਸਲੀਵਸ ਆ ਜਾਣਗੀਆਂ ਇਸ ਤਰ੍ਹਾਂ ਦੇ ਨਾਲ, ਸੇਮ ਹੈਵੀ ਦੇ ਵਿੱਚ ਹੈ ਜੋ ਸਲੀਵਸ ਰੈਡੀ ਕੀਤੀਆਂ ਹੋਈਆਂ ਆਪਾਂ ਨੇ। ਜਿਹੜਾ ਇਹ ਸਟੱਫ ਹੋਏਗਾ ਇਹ ਸਾਟਨ ਔਰਗੈਂਜ਼ਾ ਹੈ, ਇਹਦੇ ਵਿੱਚ ਸ਼ਾਈਨਿੰਗ ਹੈ, ਹਲਕੀ ਜਿਹੀ ਸ਼ਾਈਨਿੰਗ ਹੈ ਇਸ ਸਟੱਫ ਦੇ ਵਿੱਚ। ਦੇਖਣ ਦੇ ਵਿੱਚ ਐਵੇਂ ਲੱਗਦਾ ਜਿਵੇਂ ਇਹ ਸਿਲਕ ਦੇ ਉੱਪਰ ਰੈਡੀ ਹੋਇਆ ਹੋਇਆ ਸੂਟ ਆ। ਸ਼ਰਟ ਸੀਗੀ ਜਿਹੜੀ ਰੈਡੀ ਹੋਈ ਸੀ, ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋਗੇ। ਇਹ ਹੈ ਜੋ ਆਪਣੇ ਕੋਲ ਬੋਟਮ ਦੇ ਉੱਪਰ ਆ ਜਾਏਗਾ, ਇਹ ਵਾਲਾ ਵਰਕ ਹੈ ਜੋ ਇਸ ਤਰ੍ਹਾਂ। ਇਹ ਸ਼ਰਟ ਸੀਗੀ, ਇਹ ਬੋਟਮ ਹੈ ਫੁੱਲੀ ਹੈਵੀ ਹੈਂਡਵਰਕ, ਸਾਰਾ ਹੈਂਡਵਰਕ ਦੇ ਵਿੱਚ ਹੋਇਆ ਹੋਇਆ। ਇਹ ਆਪਣੇ ਗੋਲਡਨ ਨੂੰ ਥੋੜ੍ਹਾ ਜਿਹਾ ਹਟਾ ਕੇ ਡਿਫਰੈਂਟ ਜਿਹੜਾ ਕੋਪਰ ਸ਼ੇਡ ਲਗਾਇਆ ਹੋਇਆ ਇਹਦੇ ਉੱਪਰ। ਜੋ ਆਪਣੇ ਕੋਲ ਦੁਪੱਟਾ ਹੈ, ਦੁਪੱਟਾ ਪਿਓਰ ਔਰਗੈਂਜ਼ਾ ਦਾ ਆਏਗਾ,
ਪੂਰੇ ਦੁਪੱਟੇ ਦੇ ਵਿੱਚ ਹੈ ਜੋ ਆਪਾਂ ਨੇ ਇਸ ਤਰ੍ਹਾਂ ਜਾਲ ਪਾ ਕੇ ਜਿਹੜਾ ਸੂਟ ਹੈ ਉਹ ਰੈਡੀ ਕੀਤਾ ਹੋਇਆ। ਇਹ ਸੂਟ ਵੀ ਬਹੁਤ ਸੋਹਣਾ ਆਪਣੇ ਕੋਲ ਹੈ ਜਿਹੜਾ ਰੈਡੀ ਹੋਇਆ, ਫੁੱਲੀ ਹੈਵੀ ਸੂਟ ਲੱਗਦਾ। ਲੇਸ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਵੀ ਇਸ ਦੇ ਉੱਪਰ ਬਹੁਤ ਸੋਹਣੀ ਆਪਾਂ ਨੇ ਦਿੱਤੀ ਹੋਈ ਆ। ਇਹ ਆਪਣੇ ਕੋਲ ਰੈਡ ਸੂਟ ਸੀਗਾ। ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਈਏ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਸੂਟ ਹੈ ਜਿਹੜੇ ਉਹ ਰੈਡੀ ਕਰਵਾ ਸਕਦੇ ਹੋਗੇ। ਜਿਹੜਾ ਆਪਣੇ ਕੋਲ ਨੈਕ ਸੂਟ ਹੈ ਇਹ ਬਹੁਤ ਸੋਹਣਾ ਫਿਰੋਜ਼ੀ ਜਿਹਾ ਕਲਰ ਹੈ, ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ। ਪਰਲ ਵਰਕ ਦੇ ਵਿੱਚ ਆਪਾਂ ਨੇ ਇਹ ਕੰਮ ਕੀਤਾ ਹੋਇਆ। ਇਹ ਵੀ ਫੁੱਲੀ ਹੈਂਡ ਵਰਕ ਸੂਟ ਹੈ। ਵੀਡੀਓ ਦੇ ਵਿੱਚ ਇਹ ਕਲਰ ਦਾ ਜਿਹੜਾ ਫਰਕ ਆ ਜਾਂਦਾ ਥੋੜ੍ਹਾ ਜਿਹਾ। ਇਹ ਸ਼ਰਟ ਆਏਗੀ ਆਪਣੇ ਕੋਲ, ਇਹ ਹੈ ਜੋ ਬਾਜੂ ਦੇ ਉੱਪਰ ਆਹ ਕੰਮ ਆ ਜਾਏਗਾ ਇਸ ਤਰ੍ਹਾਂ। ਜਿਹੜਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈ ਇਹ ਵੀ ਔਰਗੈਂਜ਼ਾ ਦੇ ਵਿੱਚ ਆਏਗਾ ਦੁਪੱਟਾ। ਦੁਪੱਟੇ 'ਤੇ ਆਪਾਂ ਨੇ ਇਸ ਤਰ੍ਹਾਂ ਲੇਸ ਲਗਾ ਕੇ ਗੋਟੇ ਦਾ ਜਿਹੜਾ ਆਪਾਂ ਨੇ ਇਹਦੇ ਉੱਪਰ ਕੰਮ ਕੀਤਾ ਹੋਇਆ ਪੱਲਿਆਂ ਦੇ ਉੱਪਰ, ਸਿਰਫ ਪੱਲਿਆਂ ਦੇ ਉੱਪਰ ਗੋਟੇ ਦਾ ਕੰਮ ਆਏਗਾ। ਉਸ ਤੋਂ ਉੱਪਰ ਹੈ ਜੋ ਇੱਕ ਇੱਕ ਲਾਈਨ ਹੈ ਜੋ ਇਸ ਤਰ੍ਹਾਂ ਪੱਲਿਆਂ ਵਾਲੀ ਸਾਈਡ ਆ ਜਾਏਗੀ। ਫੋਰ ਸਾਈਡ ਹੀ ਆਪਾਂ ਨੇ ਇਹ ਗੋਟਾ ਲਗਾ ਕੇ ਦੁਪੱਟੇ ਨੂੰ ਹੈ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ। ਇਹ ਸੂਟ ਆਪਣੇ ਕੋਲ ਰੈਡੀ ਹੋਏ ਸੀਗੇ। ਜੋ ਆਪਣੇ ਕੋਲ ਨੈਕ ਸੂਟ ਆਏਗਾ ਇਹ ਵੀ ਹੈਂਡਵਰਕ ਦੇ ਵਿੱਚ ਸਾਰੇ ਸੂਟ ਹੈ ਜਿਹੜੇ ਫੁੱਲੀ ਹੈਂਡਵਰਕ ਹੋਣਗੇ। ਫਿਨਿਸ਼ਿੰਗ ਜਿਹੜੀ ਤੁਸੀਂ ਇਹਨਾਂ ਦੀ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਨਾਲ। ਇਹ ਨੈਕ ਹੈ, ਇਸ ਤਰ੍ਹਾਂ ਪੈਨਲਸ ਆ ਜਾਣਗੇ। ਇਹ ਵੀ ਫੁੱਲੀ ਹੈਂਡਵਰਕ ਇਹ ਕੰਮ ਹੈ ਜੋ ਇੱਥੇ ਬਹੁਤ ਟਾਈਮ ਲੱਗਦਾ ਹੋਣ 'ਤੇ ਬਹੁਤ ਬਰੀਕੀ ਦੇ ਵਿੱਚ ਹੈ ਜਿਹੜਾ ਇਹ ਕੰਮ ਹੋਇਆ ਹੋਇਆ। ਨੈਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਬਰੀਕੀ ਦੇ ਵਿੱਚ ਕੰਮ ਹੋਇਆ ਹੋਇਆ। ਇਹ ਸ਼ਰਟ ਆ ਜਿਹੜੀ ਨੈਕ ਘੇਰਾ ਬਣਿਆ ਹੋਇਆ ਇਸਦਾ, ਅਤੇ ਜਿਹੜਾ ਇਹਦੇ ਉੱਪਰ ਹੈ ਸਲੀਵਸ ਦੇ ਉੱਪਰ ਕੰਮ ਆ ਜਾਏਗਾ ਇਸ ਤਰ੍ਹਾਂ ਦੇ ਨਾਲ। ਇਹ ਸਲੀਵਸ ਆ ਜਾਣੀਆਂ। ਇਹ ਹੈ ਜੋ ਬੋਟਮ ਦੇ ਉੱਪਰ ਵਰਕ ਆ ਜੂਗਾ ਇਸ ਤਰ੍ਹਾਂ ਦੇ ਨਾਲ। ਤੁਸੀਂ ਚਾਹੋ ਬੋਟਮ ਤੋਂ ਹਟਾ ਸਕਦੇ ਹੋਗੇ। ਇਹ ਵੀ ਸਟੱਫ ਹੈ ਜੋ ਸ਼ਿਮਰ ਦੇ ਉੱਪਰ ਆਏਗਾ। ਇਹ ਹੈ ਜੋ ਇਸ ਤਰ੍ਹਾਂ ਬੋਟਮ ਦੇ ਉੱਪਰ ਆ ਜਾਏਗਾ ਸੇਮ ਵਰਕ। ਜਿਹੜੀ ਆਪਾਂ ਨੇ ਇਹਦੇ ਵਿੱਚ ਰੇਸ਼ਮ ਦੀ ਟਚਿੰਗ ਦਿੱਤੀ ਹੋਈ ਆ ਉਹ ਲਾਈਟ ਜਾਂ ਫਿਰੋਜ਼ੀ ਕਲਰ ਦੀ ਆਪਾਂ ਨੇ ਇਹਦੇ ਵਿੱਚ ਟਚਿੰਗ ਦਿੱਤੀ ਹੋਈ ਆ। ਜਿਹੜਾ ਇਹਦਾ ਦੁਪੱਟਾ ਹੈਗਾ ਉਹ ਸ਼ਿਮਰ ਗੋਲਡਨ ਲਾਈਨਿੰਗ ਦੇ ਵਿੱਚ ਇਸ ਤਰ੍ਹਾਂ ਦੁਪੱਟਾ ਹੈ ਜਿਹੜਾ। ਸਾਰੇ ਦੁਪੱਟਿਆਂ ਦੀ ਫਿਨਿਸ਼ਿੰਗ ਹੈ ਜਿਹੜੀ ਆਪਾਂ ਨੇ ਉਹ ਬਹੁਤ ਸੋਹਣੀ ਦਿੱਤੀ ਹੋਈ ਆ ਇਸ ਤਰ੍ਹਾਂ ਦੇ ਨਾਲ। ਇਹ ਦੁਪੱਟਾ ਵੀ ਬਹੁਤ ਸੋਹਣਾ ਖਿੜਕੇ ਆ ਰਿਹਾ, ਬਹੁਤ ਸੋਹਣੀ ਜਿਹੜੀ ਇਹਦੇ ਉੱਪਰ ਲੇਸ ਦੀ ਫਿਨਿਸ਼ਿੰਗ ਹੋਈ ਆ। ਉਹਦੇ ਨਾਲ ਸੂਟ ਦੀ ਗ੍ਰੇਸ ਹੈ ਜਿਹੜੀ ਹੋਰ ਵੀ ਬਣ ਜਾਂਦੀ ਹੈ ਅਗਰ ਦੁਪੱਟੇ ਆਪਾਂ ਨੇ ਸੂਟ ਦੇ ਨਾਲ ਵਧੀਆ ਲਗਾਏ ਹੋਣ। ਇਹ ਵੀ ਬਹੁਤ ਸੋਹਣਾ ਸੂਟ ਜਿਹੜਾ ਆਪਣੇ ਕੋਲ ਰੈਡੀ ਹੋਇਆ ਗਾ। ਇਹ ਤੁਸੀਂ ਅਗਰ ਵਰਕ ਘੱਟ ਕਰਵਾਉਣਾ ਇਹਨਾਂ 'ਚੋਂ ਘੱਟ ਵੀ ਹੋ ਜੂਗਾ। ਪਲੀਜ਼ ਇੱਕ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ, ਅਤੇ ਮੈਸੇਜ ਕਰਕੇ ਵੀ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਸ ਕਿਵੇਂ ਲੱਗਦੇ ਹੈਗੇ। ਮਿਲਦੇ ਹਾਂ ਹੋਰ ਨਵੇਂ ਸੂਟਸ ਦੇ ਨਾਲ। ਥੈਂਕ ਯੂ ਜੀ।